ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਪਿੰਡ ਆਪਾਂ ਉਸ ਸਮਾਂ ਪਹੁੰਚ ਚੁੱਕੇ ਹਾਂ ਰਾਜਵੀਰ ਅਤੇ ਬਾਈ ਸੋਨੀ ਹੋਣਾਂ ਕੋਲ। ਪਿਛਲਾ ਮਾਲ ਤਾਂ ਚਲੋ ਸੇਲ ਹੋ ਚੁੱਕਿਆ, ਪਰ ਅੱਜ ਵੀ ਬਾਈ ਨੇ ਬੜੀਆਂ ਝੋਟੀਆਂ ਸੋਹਣੀਆਂ ਲੈ ਕੇ ਆਉਂਦੀਆਂ ਅਤੇ ਬਿਲਕੁਲ ਜਾਇਜ਼ ਮੁੱਲ ਵਾਲੀਆਂ। ਅਤੇ ਬਾਕੀ ਆਪਾਂ ਬਾਈ ਜੀ ਨੇ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਦੀਪ ਜੀ, ਕੀ ਹਾਲ ਜੀ? ਹੋਰ ਸੁਣਾਓ ਬਾਈ ਜੀ? ਵਧੀਆ ਵਧੀਆ। ਸਤਿ ਸ਼੍ਰੀ ਅਕਾਲ ਸੰਦੀਪ ਜੀ, ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਵਧੀਆ ਜੀ, ਕਿਵੇਂ ਚੱਲ ਰਿਹਾ? ਵਧੀਆ ਵਧੀਆ, ਬਾਬੇ ਦੀ ਕਿਰਪਾ ਜੀ। ਹਾਂਜੀ ਆਪਾ ਜੀ, ਕਿਰਪਾ ਜੀ, ਮਾਣ ਨਾ ਭਾਣਾ ਸਰ, ਬਿਲਕੁਲ ਜੀ, ਭਾਅ ਹੀ ਵੇਖਦਾ, ਭਾਅ ਹੀ ਵੇਖਦਾ ਜੀ। ਬਾਕੀ ਜਿਹੋ ਜਿਹਾ ਡੰਗਰ ਉਹੋ ਜਿਹਾ ਭਾਅ। ਬਿਲਕੁਲ ਜੀ, ਕੋਈ ਲੇਵਾ ਬਣਾ ਵੇਖਿਆ ਜਾਵੇ ਤਾਂ ਉਹ ਲੈਣ ਲੱਗਦਾ ਤੀਹ ਕਿਲੋ ਤੇ ਕੱਢੂਗੀ। ਰੋਟੀ ਬੜਿਆ ਘਰਾਂ ਦੇ ਰੋਟੀ ਵੇਲੋ ਮਿਲ ਗਈ, ਸਮਝ ਚੰਗੀ ਆ। ਬਿਲਕੁਲ ਬਿਲਕੁਲ, ਚਲੋ ਅੱਜ ਫਿਰ ਕਿੰਨੀ ਹੈ ਜੀ? ਅੱਜ ਆਪਣਾ ਚਾਰ ਕਰੀ ਜਰੂਰ ਕਰੀਏ ਜੀ। ਅਰੇ ਛੋਟੇ ਤੁਸੀਂ ਬੜੀ ਕਮਾਲ ਦੀ ਮੈਂ ਕਹਿੰਦੀ ਮੈਂ ਹੋਈ ਹੈ ਜੀ, ਇਹ ਸਹੀ ਹੈ ਜੀ, ਪਰਸੋਂ ਨਹੀਂ, ਇਹ ਪਰਸੋਂ ਸ਼ਾਮਾਂ ਦੇ ਦੋਵੇਂ ਸੁਈਆਂ ਜਿੰਦੀ ਵਰਤੀਆਂ ਜੀ। ਅਜੇ ਦੋਵੇਂ ਹੈ? ਹਾਂ ਬਾਕੀ ਸੰਦੀਪ ਜੀ ਜੇ ਏਡੀ ਮੈਂ ਇਹਨੇ ਦੁੱਧ ਨਹੀਂ ਦੇਣਾ, ਫਿਰ ਕਿਹਦੇ ਦੇਣਾ? ਸਹੀ ਗੱਲ ਹੈ, ਕੱਟੀ ਆ ਕੱਟਾ ਕੱਟੇ ਆ ਮਤਲਬ ਕੱਟਾ ਹੀ ਆ ਸਾਰੀਆਂ, ਮਗਰ ਗਾਂ ਮਗਰ ਮੱਛੀ ਆ ਤੇ ਇਹ ਕੱਟਾ ਹੀ ਆ। ਠੀਕ ਹੈ ਜੀ। ਵੀਰ ਮੇਰਾ ਕੋਈ ਸਿਰ ਤੇ ਆ ਗਏ, ਮੈਂ ਦੇਖ ਰਹੀ ਨਾ ਦਰਸ਼ਨ ਜ਼ਰੂਰ ਵੇਖੋ, ਵੱਡੀ ਝੋਟੀ ਆ ਤੇ ਬਾਕੀ ਆ ਗਈ ਚੰਗੀ ਦਾ ਚੈੱਕ ਕਰਕੇ ਪਾਸ ਕਰ ਲੈਣੇ ਜੀ। ਬਾਕੀ ਲੇਵੇ ਖੁੱਲੇ ਵਾਲੀ ਮੈਂ ਮੈਂ ਨਾ ਕੋਈ ਚੱਕਰ ਨਹੀਂ। ਆਹ ਸੁਨੀਲ ਜੀ ਪਹਿਲਾਂ ਜੀ, ਹਾਂਜੀ ਪਹਿਲਾ ਸੂਆ 12 ਕਿਲੋ ਬੋਲੇ ਦੇ, ਦੋਵੇਂ ਬੋਲੇ ਦੇ ਝੋਟੇ ਆ, ਨਵਾਂ ਹੀ ਕਰਦਾ ਤੁਸੀਂ, ਨਵਾਂ ਹੀ ਰੱਖਣਾ ਜੀ, ਵੱਖਰਾ ਰੱਖੀ ਕੁਝ ਵੱਖਰਾ ਚੱਲ ਗਏ। ਉਧਰ ਪਰਲੇ ਬਣੇ ਉਰਲੇ ਬਣੇ ਹੋਏ, ਮੈਂ ਆਇਆ ਦਿਖਾਓ ਮੂੰਹ ਮੈਂ ਦਿਖਾਓ।
ਮੈਂ ਨਾ ਪੂਰੇ ਕਿ ਸੰਦੀਪ ਜੀ ਪ੍ਰਾਹੁਣੀਆਂ ਸੰਦੀਪ ਜੀ ਆਪਣੇ ਵੀਰ ਮੇਰਾ ਫੋਨ ਲਾਵੇ ਨਾਰਾਜ਼ ਨੀ ਕਰਦੇ ਪਰ ਇੱਕ ਦਰਸ਼ਨ ਜ਼ਰੂਰ ਕਰੇ ਆ ਰਹੀ ਨੇ ਬਿਲਕੁਲ ਬਿਲਕੁਲ ਜੀ ਬਿਲਕੁਲ ਲੋ ਜੀ ਦੋ ਦਿਨ ਝੋਟੀ ਤੇ ਵੇਖੋ ਲੇਵਾ ਖਰਾ ਦੇ ਲੋ ਜੀ ਚੈੱਕ ਕਰ ਲੋ ਠੀਕ ਆ ਬਿਲਕੁਲ ਜੀ ਬਿਲਕੁਲ ਨਹੀਂ ਤਾਂ ਪਹਿਲਾਂ ਤੁਹਾਨੂੰ ਪਤਾ ਗਲਾਸ ਹੀ ਚੋਈ ਸਹੀ ਸਹੀ ਗੱਲ ਹੈ ਦੁੱਧ ਹੋਊਗਾ ਕੋਈ ਇਹਦੇ ਕੋਲ ਮੇਰੇ ਖਿਆਲ ਨਾਲ ਬਤਾਲੀ ਕੋਈ ਡਰ ਨੀ ਜੇ ਦੁੱਧ ਘੱਟ ਹੋਊਗਾ ਜਿੰਨਾ ਵਾਲੇ ਦਾ ਤੇਲ ਖਰਚਾ ਹੋਊਗਾ ਨਾਲ ਦਿਹਾੜੀ ਦੇ ਜੋ ਵੀ ਬਣਦਾ ਹੋਊਗਾ ਆਪਾਂ ਦੇਵਾਂਗੇ ਬਿਲਕੁਲ ਬਿਲਕੁਲ ਠੀਕ ਹੈ ਹਾਂ ਕੋਈ ਨੁਕਸ ਕੱਢੇ ਵਿਆਹ ਨੁਕਸ ਹੈ ਉਹ ਚੀਜ਼ ਦੇ ਜਵਾਬ ਜੇ ਕੋਈ ਨੁਕਸੋ ਕੋਈ ਭਾਵ ਦੱਸਣਾ ਬਿਲਕੁਲ ਬਿਲਕੁਲ ਨੰਬਰ 9157 8041 ਜ਼ਿਲ੍ਹਾ ਤਰਨ ਤਾਰਨ ਆ ਟੂਲ ਪਲਾਜ਼ੇ ਦੇ ਨਾਲ ਪਿੰਡ ਉਸਮਾ ਚਲੋ ਠੀਕ ਹੈ ਜੀ ਵੀਡੀਓ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰ ਲਿਓ ਮੇਰੇ ਬਿਲਕੁਲ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮੇਰੇ